मैं तो हूँ फिर मैदान तैयार किया कि तुम कम नबेड़ो तो मैनू मारो, मैं गैंगस्टर हाँ कला भगौड़ा नहीं, मैं गैंगस्टर भी हाँ, एक गैंगस्टर होर घटा दौ लिस्ट चो। ਜਿਹੜੇ ਕੇਸ ਦੇ ਵਿੱਚ ਤੁਹਾਡਾ ਛੋਟਾ ਬੇਟਾ ਹੈਗਾ ਅੰਮ੍ਰਿਤ, ਉਸੇ ਕੇਸ ਦੇ ਵਿੱਚ ਤੁਹਾਨੂੰ ਕਰਿਆ ਗਿਆ? ਬਿਲਕੁਲ ਉਸੇ ਡਕੈਤੀ ਵਜ੍ਹਾ ਕੇਸ ਜੀ। ਸਾਰੀ ਉਮਰ ਮੈਂ ਪੁਲਿਸੋਂ ਇੰਸਪੈਕਟਰ ਤੱਕ ਰਿਹਾ, ਰਿਟਾਇਰ ਹੋਇਆ, ਮੈਂ ਹੁਣ ਪੈਨਸ਼ਨ ਲੈਂਦਾ, ਮੈਂ ਗੈਂਗਸਟਰ ਹਾਂ। ਤੁਸੀਂ ਕੀ ਕਿਸੇ ਦਾ ਮਾੜਾ ਕਰਤਾ, ਮਤਲਬ ਤੁਸੀਂ ਕੀ ਸਮਝਦੇ ਹੋ ਕਿਉਂ ਕਰ ਕੇਸ ਕੀਤਾ ਜੀ? ਮੈਂ ਬੋਲਿਆ ਕਿਉਂ? ਦੂਜੇ ਇਹਨਾਂ ਮਾਰੇ ਆ, ਕਿਸੇ ਨੂੰ ਇਹਨਾਂ ਬੋਲਣ ਨਹੀਂ ਦਿੱਤਾ। ਪੁਲਿਸ ਮਹਿਕਮਾ, ਪੁਲਿਸ ਦੇ ਜਿਹੜੇ ਵੱਡੇ ਅਫਸਰ ਆ, ਇਹ ਇੱਥੋਂ ਤੱਕ ਇਹ ਪਾਵਰਫੁੱਲ ਹੋ ਚੁੱਕੇ ਆ ਵੀ ਸਾਡੇ ਵਰਗਾ ਬੰਦਾ ਤਾਂ ਮੱਖੀ ਮੱਛਰ ਤੋਂ ਵੀ ਇਹਨਾਂ ਅੱਗੇ ਹਲ ਮਾਰ ਦੇਣਾ ਜਾਂ ਮਰਵਾ ਦੇਣਾ ਇਹਨਾਂ ਵਾਸਤੇ ਇੰਨੇ ਚਿਰ ਦੀ। ਡਿਪਾਰਟਮੈਂਟ ਇਕੱਲਾ ਤੁਹਾਡੇ ਖਿਲਾਫ ਆ ਕਿ ਸਰਕਾਰ ਵੀ ਨਾਲ ਰਲੀ ਹੋਈ ਆ, ਚਾਹੇ ਉਹ ਮੌਜੂਦਾ ਹੋਵੇ ਚਾਹੇ ਉਹ ਪਹਿਲਾਂ ਵਾਲੀ ਜਿਨ੍ਹਾਂ ਨੇ ਉਦੋਂ ਉਹ ਐਂ ਕਰਿਆ? ਉਹ ਜਿੱਦਣ ਇਹਨਾਂ ਮੁੰਡਿਆਂ ਨੂੰ ਉਹਨਾਂ ਨੇ ਕਤਲ ਕੀਤਾ ਜੀ, ਉਹਨਾਂ ਦੀ ਅਗਲੇ ਦਿਨ ਕੈਪਟਨ ਨੇ ਆਪਣੀ ਕੋਠੀ 'ਚ ਸ਼ਰਾਬ ਦੀ ਅਤੇ ਮੀਟ ਦੀ ਅਤੇ ਪਾਰਟੀ ਅਤੇ ਗਾਣੇ ਗਾਏ ਗਏ, ਉਹਨੇ ਆਪਣੀ ਕੋਠੀ 'ਚ ਕੀਤਾ। ਜਿੱਦਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਾਂ ਕੋਈ ਉਹਨਾਂ ਨੂੰ ਮੀਡੀਆ ਦੇ ਥਰੂ ਤੁਸੀਂ ਕੁਛ ਕਿਹਾ, ਕੋਈ ਮੰਗ ਉਠਾਈ ਆ ਵੀ ਤੁਸੀਂ ਇਹਦੀ ਚੰਗੀ ਤਰ੍ਹਾਂ ਜਾਂਚ ਕਰੋ? ਅਤੇ ਮੈਂ ਇਹਨੂੰ ਇਹ ਹੀ ਕਿਹਾ ਵੀ ਤੁਸੀਂ ਇੰਨੀ ਮਿਹਰਬਾਨੀ ਕਰੋ, ਤੁਹਾਡੇ ਕੋਲ 400 ਤੋਂ ਅਬਾਵ ਬਲੈਕ ਕੈਟ ਨੇ ਅਜੇ ਵੀ, ਉਹਨਾਂ ਨੂੰ ਤੁਸੀਂ ਤਨਖਾਹਾਂ ਦਿੰਦੇ ਹੋ ਜੀ, ਸਾਨੂੰ ਦੋਵਾਂ ਜੀਆਂ ਨੂੰ ਗੋਲੀ ਮਰਵਾ ਦਿਓ ਸਾਹਮਣੇ। ਪੁਲਿਸ ਮਹਿਕਮੇ ਨੇ ਅਫਸਰਾਂ ਨੇ ਉੱਤੋਂ ਫੋਨ ਕਰਨਾ, ਹਵਾਲਾ 'ਚੋਂ ਮੁੰਡੇ ਕੱਢਣੇ, ਮਾਰ ਦੇਣੇ। ਤੁਹਾਨੂੰ ਲੱਗਦਾ ਵੀ ਥੱਲੜ ਦੇ ਅਧਿਕਾਰੀ ਤੋਂ ਲੈ ਕੇ ਤਾਂ ਤੱਕ ਸਾਰੇ ਮਿਲੇ ਵੇ? ਚੰਦ ਇੱਕ ਬੰਦੇ ਥੱਲੜੇ, ਉੱਤੇ ਸਾਰੇ ਮਿਲੇ ਹੁੰਦੇ। ਸਟੇਟ ਦੇ ਮੁੱਖ ਮੰਤਰੀ ਨੂੰ, ਸਟੇਟ ਦੇ DGP ਨੂੰ ਕੀ ਕਹਿਣਾ ਚਾਹੋਗੇ? ਸਟੇਟ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਮੈਂ ਜਿੰਨਾ ਕੁ ਜਾਣਨਾ ਉਹਨੂੰ, ਵੀ ਉਹਦੇ 'ਚ ਇੰਨੀ ਵਿਚਾਰੇ 'ਚ ਹੈ ਹੀ ਨਹੀਂ ਵੀ ਉਹ ਇਹਨਾਂ ਪੁਲਿਸ ਅਫਸਰਾਂ ਨਾਲ ਨਿਪਟ ਸਕੇ। ਮੈਂ ਇੱਥੇ ਬੈਠਾ, ਮੈਨੂੰ ਇਹਨਾਂ ਮੈਂ ਕਿਤੇ ਭੱਜਣਾ ਨਹੀਂ, ਕਿਤੇ ਜਾਣਾ ਨਹੀਂ ਜੀ। ਮੈਨੂੰ ਬਿਹਤਰ ਤਾਂ ਇਹ ਵੀ ਮਾਰ ਦੇਣ, ਹਾਂਜੀ ਇਹਨਾਂ ਲਈ ਵੀ ਯਾਦ, ਕਿੰਨੇ ਪੁੱਛਣਾ ਗੈਂਗਸਟਰ ਦੇ ਖਾਤੇ ਪਾ ਦੇਣ। ਇਹਨਾਂ ਲੋਕਾਂ ਦੇ ਮੂੰਹ ਨੂੰ ਲਹੂ ਲੱਗਾ, ਹਾਂ ਇਹ ਠੀਕ ਹੈ ਵੀ ਜਿਹੜਾ ਇਹਨਾਂ ਸ਼ਿਕਾਰ ਕਰਨਾ ਉਹ ਸਿੱਖ ਹੋਵੇ, ਫਿਰ ਨਹੀਂ ਇਹਨਾਂ ਨੂੰ ਕੋਈ ਪੜੇਗਾ। ਜਿਹਦਾ ਸ਼ਿਕਾਰ ਇਹਨੂੰ ਮਾਰਨਾ ਉਹ ਬੰਦਾ ਸਿੱਖ ਹੋਣਾ ਚਾਹੀਦਾ। ਮੈਂ ਪੂਰੀ ਵਾਹ ਲਵਾਂਗਾ, ਮੈਂ ਸੁਸਾਈਡ ਨਹੀਂ ਕਰਾਂਗਾ, ਕੁਛ ਵੀ ਹੋ ਜਾਏ ਲੋਕਾਂ ਦੇ ਸਾਹਮਣੇ ਆਖਰੀ ਸਾਹ ਤੱਕ ਸੱਚ ਵੀ ਲਿਆਉਂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਜੇ ਕਿਸੇ ਦਾ ਪੁੱਤ ਜਹਾਨੋਂ ਚਲਿਆ ਜਾਵੇ ਤਾਂ ਕਹਿੰਦੇ ਨੇ ਵੀ ਬਹੁਤ ਮਾੜੀ ਗੱਲ ਹੁੰਦੀ ਆ, ਪਰ ਜੇ ਟਾਈਮ ਤੋਂ ਪਹਿਲਾਂ ਚਲਿਆ ਜਾਵੇ, ਮਾਂ ਬਾਪ ਬੈਠੇ ਹੋਣ ਤਾਂ ਐਦੂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ। ਪਰ ਜੇ ਅਸੀਂ ਪਿਛਲੇ ਸਮਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਗੈਂਗਸਟਰ ਸ਼ਬਦ ਜਦੋਂ ਦਾ ਪੰਜਾਬ ਦੇ ਵਿੱਚ ਆਇਆ ਹੈਗਾ, ਕਈ ਮਾਵਾਂ ਦੀਆਂ ਕੁੱਖਾਂ ਖਾਲੀ ਹੋ ਗਈਆਂ। ਬਹੁਤ ਲੋਕ ਕਹਿੰਦੇ ਆ ਵੀ ਗੈਂਗਸਟਰਵਾਦ ਨੇ ਪੰਜਾਬ ਨੂੰ ਪੱਟ ਕੇ ਰੱਖਤਾ, ਪਰ ਜਦੋਂ ਕਿਸੇ ਗੈਂਗਸਟਰ ਨੂੰ ਇਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਗਾ, ਫਿਰ ਉਹ ਵੀ ਪੁੱਤ ਆ ਕਿਸੇ ਮਾਂ ਪਿਓ ਦਾ। ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਇੱਦਾਂ ਦਾ ਹੀ। ਇੱਕ ਨਾਮ ਜੈਪਾਲ ਭੁੱਲਰ, ਪਿਛਲੇ ਦਿਨਾਂ ਦੇ ਵਿੱਚ ਉਹ ਨਾਮ ਫਿਰ ਚਰਚਾ ਦੇ ਵਿੱਚ ਆਇਆ ਜਦੋਂ ਉਹਨਾਂ ਦੇ ਪਿਤਾ ਜੀ ਮੀਡੀਆ ਦੇ ਸਾਹਮਣੇ ਆਉਂਦੇ ਨੇ ਅਤੇ ਉਹ ਕਹਿੰਦੇ ਨੇ ਵੀ ਹੁਣ ਮੈਨੂੰ ਵੀ ਫੇਕ ਇਨਕਾਊਂਟਰ ਦੇ ਵਿੱਚ ਮਾਰ ਦੇਣਾ ਗਾ। ਬਹੁਤ ਸਾਰੀਆਂ ਗੱਲਾਂ ਗੀਆਂ, ਖੁੱਲ੍ਹੀ ਗੱਲਬਾਤ ਕਰਾਂਗੇ, ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਰਹਿਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਿਹਤ ਠੀਕ ਠਾਕ ਆ ਜੀ? ਨਹੀਂ ਜੀ। ਕਿਉਂ ਨਹੀਂ ਠੀਕ? ਹਾਲਾਂਕਿ ਮੈਨੂੰ ਇਹ ਪੁੱਛਣਾ ਤਾਂ ਨਹੀਂ ਚਾਹੀਦਾ, ਪਰ ਨਹੀਂ ਚਲੋ ਦੱਸ ਗਏ, ਐਕਸੀਡੈਂਟ ਹੋ ਗਿਆ ਸੀ, ਉਹ ਤੋਂ ਬਾਅਦ ਸ਼ੂਗਰ ਹੋ ਗਈ ਜੀ, ਅਤੇ ਹੁਣ ਮੈਂ ਸੈਰ ਨਹੀਂ ਕਰ ਸਕਿਆ ਅਤੇ ਡਿਪਰੈਸ਼ਨ ਕਰਕੇ ਮੈਂ ਮੰਜੇ ਤੋਂ ਨਹੀਂ ਉੱਠਿਆ। ਉਹਦੇ ਨਾਲ ਗੁਰਦਿਆਂ 'ਚ ਵੀ ਥੋੜ੍ਹਾ ਹੋ ਗਿਆ ਸ਼ੁਰੂ, ਅਤੇ ਕੁਛ ਬਾਥਰੂਮ ਦੇ ਵਿੱਚ ਪਸਲ ਵਗੈਰਾ ਅਤੇ ਉਹ ਆਉਣ ਲੱਗ ਪਈ ਜੀ, ਹਾਰਟ ਦੀ ਸੀ ਪ੍ਰੋਬਲਮ ਹੈਗੀ ਹੈ। ਚਲੋ ਛੱਡੋ ਭਰਾ ਜੀ, ਇਹ ਤਾਂ ਹੈ ਹੀ ਆ। ਹਾਲਾਂਕਿ ਭੁੱਲਰ ਸਾਹਿਬ, ਜੇ ਆਪਾਂ ਗੱਲ ਕਰਦੇ ਹਾਂ ਜਦੋਂ ਪੁੱਤ ਦੁਨੀਆ ਤੋਂ ਜਾਂਦਾ ਗਾ, ਇਨਕਾਊਂਟਰ ਹੁੰਦਾ ਗਾ, ਉਦੋਂ ਬਾਅਦ ਤੁਸੀਂ ਬਹੁਤ ਵੱਡੇ ਸਿੱਧੇ ਇਲਜ਼ਾਮ ਲਗਾਉਣੇ ਹੋ ਪੁਲਿਸ ਡਿਪਾਰਟਮੈਂਟ ਦੇ ਉੱਤੇ, ਮੌਜੂਦਾ ਜਿਹੜੀ ਪੰਜਾਬ ਉਦੋਂ ਸਰਕਾਰ ਹੁੰਦੀ ਆ ਉਹਦੇ ਉੱਤੇ, ਪਰ ਜਿਹੜਾ ਹੁਣ ਤੁਹਾਨੂੰ ਪਰਸੋਂ ਗੱਲ ਪਤਾ ਲੱਗਦੀ ਹੈ ਵੀ ਤੁਹਾਡਾ ਨਾਂ ਵੀ ਇੱਕ ਕੇਸ ਦੇ ਵਿੱਚ ਪਾਤਾ, ਪਹਿਲਾਂ ਤੁਹਾਨੂੰ ਨਹੀਂ ਪਤਾ ਸੀ, ਕੀ ਸਮਝਦੇ ਹੋ ਕੀ ਹੋ ਸਕਦਾ ਗਾ? ਮੈਂ ਜਦੋਂ ਆਪਣੇ ਪੁੱਤ ਨੂੰ, ਇਹਨੂੰ ਜੈਪਾਲ ਨੂੰ ਦੇਖਿਆ ਵੀ ਜਿਸ ਤਰ੍ਹਾਂ ਉਹਨਾਂ ਉਹਨੂੰ ਬਾਹਾਂ ਪਿੱਛੇ ਬੰਨ ਕੇ ਅਤੇ ਉਹਦੇ ਹੱਡ ਪੈਰ ਤੋੜ ਕੇ ਟਾਰਚਰ ਕਰਕੇ ਅਤੇ ਉਹਦਾ ਕਤਲ ਕੀਤਾ ਗਿਆ ਸੀ ਜੀ, ਅਤੇ
मेरा बिल्कुल वो दुख डबल हो गया भी इन्हें फड़ लिया ही जी। तो चलो सट्टा पेटा ला दियाँ तो उनकी जान ना मार दे जी। हाँ जी जी जेल च सुट दें दे जी सी तो इन्होंने को खो के एड्डी बुरी तरह मारिया वो हड के हड्डिया लमकिया पईया सी थां थां तो शार्प ते बलंट सट्टा सी जी। तो जिथे मोडे बाहों पिछे बन छड़िया लक च बहुत वड्डी जगह काली होई पई सी। तो मैं समझ गया भी इन्हू बहुत ही तकलीफा दे के इनू मारिया गया मुंडिया तो दुख होया। मैं कोशिश की ये जड़ी है जो मेरा फर्ज बनता वो करा अपने लिए पर एक स्टेट तो जिथे सारे लोग ही योजे उ मेरी कल की कोई इना वाह नहीं जानती तो वाह इस तरह नहीं जानती भी कुछ एक एवें सियासी लोग जो तो मैं किसी दुमनी के आन बड़े जी उन्होंने अपन सलावान कर उठकी गल उतों जो वकील उन्हें गलत थोड़ा कर लिया जी। तो दूजी राह फिर उत्तों ऐसी डॉज खाधी भी दूजा वकील उसनों ही जड़ा आन के मैनू वह लड़का उत्थे मिलया सी वो बिल्कुल सैटल करके आए सी। तो मैं मतलब भी वो समझ नहीं सकिया उन्हें क्या जयपल साडा भरा सी जी जानने वो अजे आ ते मैं अल्ला फीस देनी मैं विश्वास कर गया उत्थे मेरे ना बड़ा वड्डा विश्वास घाटा होया उहदा पोस्टमार्टम किया ही नहीं गया कोई उहदी सट जिहड़ियां साफ दिसदियां दित्तियां नहीं गईयां तो बिल्कुल गलत रिपोर्ट देती गई। जो तो मैं रिपोर्ट पढ़ी तो मेरा असलों ही मैं निराश हो गया तो वो नाल मैं सीजे सीजे मैं मंजे तो नहीं हट सकिया ये कि बनिया इस तरह किवें हो गया। तो वो जो जो समझ आई वो सारा विश्वास डॉज वकील दी सीगी कोटा बंद सी करोना सी तो ना भी खुलिया भी होंदिया तो मैं इनू मेरे हाई कोर्ट च जज ने मेरी सीधी गल कि सुननी सी वकील ने ही करनी जी। जो गल जो नंगी हो गई भी ये सरकार ने उन्हें प्लैंड करके ही मेरे ना अटैच कराया सी तो उन्हें अपने बेनीफिट ठाए पैसा लिया इधर उधर तो करता। फिर मैं कुछ चिर बाद उठ उठ के अपने कुछ लेके नाल मुंडिया तो दिल्ली गया फिर नहीं दिल्ली वकील करके इन्हों की केस किया जी। वो गल पांच छे महीने हो गए सुप्रीम कोर्ट च केस पाया उस वकील ने तो पाया कुछ नहीं उन्हें तो लारिया ही रखे जे होजू जी वो होजू तो वो अमृतसर का वकील सी जी पुराना जाणू सी उन्हें उस चीज़ का नजायज फायदा पापी ने डराया उहदा कख ना रहे दोस्त का मैं वो मेरे तो पैसे मांग लेना मैं लोगों को मांग के इन दे दिंदा पर उन्हें मेरे बच्चे का कतल ही खा गया तो वो पाया चलो। तो मैं दूजा मुंडा छोटा सी उत्थे उहदी भी दौलतां दूलतां जिवें बंद आ घट लगदियां जे वो एक दो केस जदों मैं इत्थे रौला पाया तो उहदे ते रिमांड ते खड़ के होर केस पाते मुंडे दे ते मैं पिछे जे सी भी उहनूं इन्हां जदों हर छे महीने वह करदे आ लिस्ट वगैरह चैक गैंगस्टरां दी ते उहदी जदों कीती इन्हां नूं पता ही सी वी केस ते ही उतरां ही पए ने कुछ भी नहीं कीता बाहरों आया ते भरा करके ते उह जे ते उहनूं उहनां देखिया भी ये गैंगस्टरां दी कैटागरी च नहीं आउंदा उहनूं अदर क्रिमिनल च करता अमृत नूं अमृत नूं। ते मैं सोचण डिया वी चलो कह के साडे कोल उत्थे बठिंडे जाया नहीं जांदा दूर आ मैं भी बीमार हाँ वह भी रो रो के अख बह गई वो मेरी घरवाली की तो ठीक नहीं अही नाल होर ड्राइवर लेने करते हैं सानू मुश्किल हों चलो इतने फिरोजपुर इन्हों कि बदली कर देना अं मुलाकात कर लिया करा तो अं पंद्रह दिन चलो जो भी जी। तो मैं अजे उ सोच दिया हाँ तो इस दौरान ही मैं वकील ने दसिया जी तू तो इन्हें उदों ही मुलजम बना के डेढ़ साल का ही भगौड़ा दिता तो हूँ थोड़े पीओ बना दिता गया तुसी भगौड़े हो ते वो मैं देख के दंग रह गया जी। ते फिर मैं मीडिया वाले नाल गल कीती जी ते इहना सामने मैं अपनी गल रखी उहां भी मैं हुण आप इस महकमे च रहा कानून बारे कानूनी
ਪ੍ਰੋਸੀਜਰ ਬਾਰੇ ਕਿਵੇਂ ਕਰਦੇ ਉਹਨਾਂ ਬਾਰੇ ਜਾਣਨਾ ਜੀ, ਕੋਰਟਾਂ ਦੀ ਕਾਰਵਾਈ ਬਾਰੇ ਜਾਣਨਾ। ਮੰਨ ਲਓ ਮੈਂ ਜਾ ਕੇ ਮੈਨੂੰ ਕੋਈ ਸਿੱਖ ਨੇ ਕਿਹਾ ਵੀ ਤੁਸੀਂ ਬੇਲ ਲਾ ਦਿਓ, ਤੁਸੀਂ ਬਿਮਾਰ ਹੋ, ਆਹ ਹਾਲਤ ਆ, ਮੈਡੀਕਲ ਲਾ ਦਿਓ ਜੇ ਆ। ਪਰ ਕੁਝ ਲੋਕਾਂ ਨੇ ਮੈਨੂੰ ਇਹ ਸਮਝਾਇਆ ਕਿ ਤੁਸੀਂ ਬੇਲ ਲਾ ਦਿਓਗੇ ਅਤੇ ਕੋਰਟਾਂ ਕਿਹੜੀਆਂ ਸਿੱਧੀਆਂ ਨੇ ਤੁਹਾਡੀ ਬੇਲ, ਇੱਕ ਪੀ ਓ ਦੀ ਬੇਲ ਕਿੰਨੇ ਲੈਣੀ ਹੈ? ਹਾਂਜੀ, ਬੇਲ ਤੁਹਾਡੀ ਹੋਣੀ ਨਹੀਂ, ਜੱਜ ਨੂੰ ਤਾਂ ਬਿਲਕੁਲ ਨਹੀਂ ਹੋਣੀ ਅਤੇ ਹਾਈ ਕੋਰਟ ਵੀ ਨਹੀਂ ਹੋਣੀ, ਨਾ ਤਾਂ ਤੁਹਾਡੇ ਕੋਲ ਪੈਸੇ ਆ ਕਿ ਤੁਸੀਂ ਉੱਥੇ ਪੈਸੇ ਭਰ ਸਕੋ ਜੀ, ਇੰਨੀ ਨਾ ਤੁਹਾਡੇ ਕੋਲ ਇੰਨੇ ਪੈਸੇ ਆ ਵੀ ਤੁਸੀਂ ਬੜਾ ਹਾਈ ਫਾਈ ਵਕੀਲ ਕਰ ਸਕੋ, ਵਕੀਲ ਵੀ ਤੁਸੀਂ ਸਧਾਰਨ ਜਿਹਾ ਹੀ ਕਰਨਾ ਜੀ, ਅਤੇ ਜੱਜ ਨੂੰ ਵੀ ਦੇਣ ਜੋਗੇ ਤੁਹਾਥੋਂ ਪੈਸੇ ਨਹੀਂ, ਅਤੇ ਪੀ ਓ ਦਾ ਤੁਹਾਡੇ 'ਤੇ ਟੱਪਾ ਉਹਨਾਂ ਗਣਾ ਲਓ ਜੀ, ਗੈਂਗਸਟਰ ਸੀ ਇਹਦਾ ਮੁੰਡਾ ਅਤੇ ਇੱਕ ਹੋਰ ਗੈਂਗਸਟਰ ਆ, ਅਤੇ ਗੈਂਗਸਟਰ ਦਾ ਪਿਓ ਤਾਂ ਇਹ ਵੀ ਭਗੌੜਾ ਦੇ ਗੈਂਗਸਟਰ ਆ। ਹਾਂਜੀ, ਅਤੇ ਮੈਂ ਫਿਰ ਸਮਝ ਵੀ ਗਿਆ ਵੀ ਇਹਨਾਂ ਨੇ ਜਿਹੜੀ ਪਲੈਂਡ ਕੀਤੀ ਆ, ਮੇਨ ਤਾਂ ਆ ਵੀ ਇਹ ਕੇਸ ਕਰਦਾ ਉਹ ਜੇ ਹੈ ਅਤੇ ਮੈਨੂੰ ਇਹਨਾਂ ਦੀ ਮਾਰਨ ਦੀ ਪਲੈਨ ਗਿਆ ਵੀ ਇਹਨੂੰ ਵੀ ਉਸੇ ਖਾਤੇ ਪਾ ਦਿਓ ਭਗੌੜਾ ਅਤੇ ਗੈਂਗਸਟਰ ਵਾਲੇ। ਤੁਸੀਂ ਕੀ ਕਿਸੇ ਦਾ ਮਾੜਾ ਕਰਤਾ, ਮਤਲਬ ਤੁਸੀਂ ਕੀ ਸਮਝਦੇ ਹੋ ਕਿਉਂ ਕਰਦੇ ਕੇਸ ਕੀਤਾ ਜੀ? ਮੈਂ ਬੋਲਿਆ ਕਿਉਂ, ਦੂਜੇ ਇਹਨਾਂ ਮਾਰੇ ਆ, ਕਿਸੇ ਨੂੰ ਇਹਨਾਂ ਬੋਲਣ ਨਹੀਂ ਦਿੱਤਾ ਜੀ। ਹਾਂਜੀ, ਮਾੜੇ ਮੋਟੇ ਪੀੜੀਆਂ 'ਚ ਬੋਲੇ ਇੱਕ ਦਿਨ, ਬਾਕੀ ਜਿੰਨੇ ਵੀ ਮੁੰਡੇ ਇਹਨਾਂ ਫੜ ਕੇ ਮਾਰੇ ਆ, ਮੈਂ ਉਹਨਾਂ ਬਾਰੇ ਬੋਲਿਆ ਵੀ ਇਹਨਾਂ ਨੇ ਫੜ ਕੇ ਗਲਤ ਕੀਤਾ ਮੀਡੀਆ 'ਚ, ਅਤੇ ਕੋਰਟ 'ਚ ਵੀ ਗਿਆ, ਪੋਸਟਮਾਰਟਮ ਵੀ ਕਰਾਇਆ, ਭਾਵੇਂ ਉਹ ਚਲੋ ਵਕੀਲ ਦੇ ਬੱਚੇ ਮਰ ਗਏ, ਉਹਦਾ ਇੱਕ ਮੁੰਡਾ ਸੀ ਉਹ ਮਰ ਗਿਆ, ਮਰੂਗਾ ਵੀ, ਅਤੇ ਜੇ ਨਾਸ ਮੇਰਾ ਵੀ ਨਾਸ ਹੋ ਗਿਆ ਤਾਂ ਹੋਊਗਾ ਪਾਪੀ ਦਾ ਵੀ। ਅਤੇ ਉਹ ਕੀ ਹੋਇਆ ਵੀ ਇਹਨਾਂ ਨੂੰ ਸੀ ਪੀ ਏ ਬੰਦਾ ਹੀ ਉੱਠ ਕੇ ਫਿਰ ਸੁਪਰੀਮ ਕੋਰਟ ਗਿਆ, ਪਹਿਲਾਂ ਸੁਪਰੀਮ ਕੋਰਟ ਗਿਆ, ਉੱਥੋਂ ਆਰਡਰ ਲਿਆ, ਹਾਈ ਕੋਰਟ ਤੋਂ ਹੀ ਰਿਜੈਕਟ ਕੀਤੇ ਅਤੇ ਇਹ ਲਿਆ, ਅਤੇ ਅਸੀਂ ਜਿਹੜੇ ਇਹ ਸਾਡੇ ਅੱਗੇ ਬੋਲਿਆ ਕਿਉਂ ਆ ਜਾਂ ਇਹਨੇ ਆਵਾਜ਼ ਉਠਾਈ ਆ, ਅਤੇ ਜੇ ਇਹਨੂੰ ਖਤਮ ਕਰ ਦਿੰਦੇ ਹਾਂ ਤਾਂ ਗਾਂਹ ਕਿਸੇ ਦੀ ਜ਼ਰੂਰਤ ਨਹੀਂ ਪਏਗੀ। ਤੁਹਾਨੂੰ ਲੱਗਦਾ ਤੁਹਾਡੇ ਵਾਲਾ ਜਿਹੜਾ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ? ਹਾਂਜੀ ਹਾਂਜੀ, ਡਿਪਾਰਟਮੈਂਟ ਇਕੱਲਾ ਤੁਹਾਡੇ ਖਿਲਾਫ਼ ਆ ਕਿ ਸਰਕਾਰ ਵੀ ਨਾਲ ਰਲੀ ਹੋਈ ਆ, ਚਾਹੇ ਉਹ ਮੌਜੂਦਾ ਹੋਵੇ ਚਾਹੇ ਉਹ ਪਹਿਲਾਂ ਵਾਲੀ ਜਿਨ੍ਹਾਂ ਨੇ ਉਦੋਂ ਉਹ ਐਂ ਕਰਿਆ ਗਾ? ਵੇਖੋ ਜੀ, ਜਿਹੜਾ ਕੈਪਟਨ ਸੀ ਉਹ ਜਿੱਦਣ ਇਹਨਾਂ ਮੁੰਡਿਆਂ ਨੂੰ ਉਹਨਾਂ ਨੇ ਕਤਲ ਕੀਤਾ ਜੀ, ਉਹਨਾਂ ਦੀ ਅਗਲੇ ਦਿਨ ਕੈਪਟਨ ਨੇ ਆਪਣੀ ਕੋਠੀ 'ਚ ਸ਼ਰਾਬ ਦੀ ਅਤੇ ਮੀਟ ਦੀ ਅਤੇ ਪਾਰਟੀ ਅਤੇ ਗਾਣੇ ਗਾਏ ਗਏ, ਉਹਨੇ ਆਪਣੀ ਕੋਠੀ 'ਚ ਕੀਤਾ। ਅਤੇ ਉਹ ਤਾਂ ਮੈਨੂੰ ਸਾਫ ਸੀ ਵੀ ਉਹ ਉਹਨਾਂ ਨੇ ਕਾਂਗਰਸੀਆਂ ਨੇ ਕਰਾਇਆ, ਖੁਦ ਕੈਪਟਨ ਉੱਚ ਇਨਵਾਲਵ ਸੀ ਕਤਲ 'ਚ ਜੀ, ਉਹ ਤਾਂ ਪੱਕਾ ਸੀ। ਆਹ ਜਿਹੜੀ ਨਵੀਂ ਸਰਕਾਰ ਆ ਇਹਦੇ ਬਾਰੇ ਮੈਂ ਐਵੇਂ ਜੇ ਇਲਜ਼ਾਮ ਲਾ ਦੂੰਗਾ ਤਾਂ ਉਹ ਗਲਤ ਹੋਵੇਗੀ, ਉਹ ਜੇ ਇਹਨਾਂ ਨੂੰ ਤਾਂ ਮੇਰੇ ਖਿਆਲ ਪਤਾ ਹੀ ਨਹੀਂ ਹੋਣਾ। ਤੁਸੀਂ ਮੁੱਖ ਮੰਤਰੀ ਨੂੰ ਕੋਈ ਚਿੱਠੀ ਵਗੈਰਾ, ਜਿਹੜੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਾਂ ਕੋਈ ਉਹਨਾਂ ਨੂੰ ਮੀਡੀਆ ਦੇ ਥਰੂ ਤੁਸੀਂ ਕੁਛ ਕਿਹਾ, ਕੋਈ ਮੰਗ ਉਠਾਈ ਆ ਵੀ ਤੁਸੀਂ ਇਹਦੀ ਚੰਗੀ ਤਰ੍ਹਾਂ ਜਾਂਚ ਕਰੋ? ਮੈਂ ਚੰਗੀ ਤਰ੍ਹਾਂ ਤਾਂ ਤਾਂ ਜਾਂਚ ਕਰਾਂ ਵੀ ਜੇ ਚੰਗੀ ਤਰ੍ਹਾਂ ਅੱਗੇ ਹੋਈ ਨਹੀਂ, ਮੇਰਾ ਤਾਂ 100% ਨਾ ਹੀ ਇਹਨਾਂ ਨਜਾਇਜ਼ ਪਾਇਆ, ਮੈਂ ਇਹਦੀ ਜਾਂਚ ਕਾਹਦੀ ਆਖਾਂ? ਹਾਂਜੀ, ਬਿਲਕੁਲ ਧੱਕੇ ਨਾ ਪਾਇਆ। ਤੇ ਮੈਂ ਤੇ ਇਹ ਹੀ ਮੰਗ, ਜੋ ਹੁਣ ਭਗਵੰਤ ਮਾਨ ਦੀ ਪੋਜੀਸ਼ਨ ਆ ਉਹ ਜੇ ਆ, ਮੈਨੂੰ ਤੇ ਨਹੀਂ ਲੱਗਦਾ ਇਹ ਪੁਲਿਸ ਤੇ, ਮੈਂ ਤੇ ਇਹਨੂੰ ਇਹ ਹੀ ਕਿਹਾ ਵੀ ਤੁਸੀਂ ਇੰਨੀ ਮਿਹਰਬਾਨੀ ਕਰੋ, ਤੁਹਾਡੇ ਕੋਲ 400 ਤੋਂ ਅਬਵ ਬਲੈਕ ਕੈਟ ਨੇ ਅਜੇ ਵੀ, ਉਹਨਾਂ ਨੂੰ ਤੁਸੀਂ ਤਨਖਾਹਾਂ ਦਿੰਦੇ ਹੋ ਜੀ, ਸਾਨੂੰ ਦੋਵਾਂ ਜੀਆਂ ਨੂੰ ਗੋਲੀ ਮਰਵਾ ਦਿਓ, ਕੰਮ ਨਿਬੜੇ। ਜੇਲ੍ਹ 'ਚ ਵੀ ਘੱਲੋਗੇ ਤੇ ਮੈਂ ਹੋ ਸਕਦਾ 10-20 ਦਿਨ ਮਹੀਨਾ ਕੱਢ ਜਾਂ, ਲਾਜ ਲੂਜ ਨਾ ਇੱਧਰ ਨਾ, ਅਤੇ ਮੈਂ ਬੋਲੂੰਗਾ ਤਾਂ ਸਹੀ ਤੁਹਾਡੇ ਖਿਲਾਫ਼। ਹਾਂਜੀ, ਕਰੂੰਗਾ ਰੌਲਾ ਵੀ ਪਾਊਂਗਾ, ਜਿੰਨਾ ਹੋ ਸਕਿਆ ਕਰੂੰਗਾ ਮੈਂ, ਇਤਨੀ ਚੁੱਪ ਕਰਕੇ ਜਾਂ ਜੋ ਹੋ ਜਾਊਗਾ, ਅਤੇ ਮੇਰੀ ਵੀ ਮੌਤ ਮੁਸ਼ਕਿਲ ਹੋਏਗੀ, ਨਾ ਮੈਨੂੰ ਉੱਥੇ ਕੋਈ ਦਵਾਈ ਦੇਣ ਵਾਲਾ ਹੋਏਗਾ, ਨਾ ਕੋਈ ਹੋਵੇਗਾ, ਲੰਮੀ ਹੋਏਗੀ ਉੰਨੀ ਤੁਹਾਡੀ ਕਰੂੰਗਾ। ਉਦੋਂ ਕੰਮ ਨਿਬੇੜੋ, ਇੱਥੇ ਕਿੰਨੇ ਪੁੱਛਣਾ, ਉਹਨਾਂ ਕਹਿਣਾ ਵੀ ਗੈਂਗਵਾਰ 'ਚ ਮਾਰੇ ਗਏ। ਤੁਹਾਨੂੰ ਲੱਗਦਾ ਤੁਸੀਂ ਸਿਸਟਮ ਦੇ ਖਿਲਾਫ਼ ਜਿਹੜੀ ਆਵਾਜ਼ ਚੱਕੀ ਆ ਜਾਂ ਡਿਪਾਰਟਮੈਂਟ ਦੀ, ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਜੀ, ਸਿਰਫ ਇਸੇ ਨੂੰ ਲੈ ਕੇ ਇਹੀ ਖੁੰਦਕ ਕਰ ਰਹੇ ਨੇ? ਇਸੇ ਗੱਲ ਖੁੰਦਕ ਪੁਲਿਸ ਦੀ ਆ, ਇਸ ਸਰਕਾਰ ਦੇ ਵਿੱਚ ਕਿਸੇ ਨਾਲ ਖੁੰਦਕ ਨਹੀਂ। ਪਹਿਲੇ ਨਾ ਹੈ ਜਿਹੜੇ ਕੇਸ ਦੇ ਵਿੱਚ ਤੁਹਾਡਾ ਛੋਟਾ ਬੇਟਾ ਹੈਗਾ ਅੰਮ੍ਰਿਤ, ਉਸੇ ਕੇਸ ਦੇ ਵਿੱਚ ਤੁਹਾਨੂੰ ਕਰਿਆ ਗਿਆ? ਬਿਲਕੁਲ ਉਸੇ ਕੀਤਾ, ਡਕੈਤੀ ਵਧਾ ਕੇਸ ਜੀ ਜੀ। ਅਤੇ ਤੁਸੀਂ ਪੰਜਾਬ ਦੇ DGP ਨੂੰ ਜਾਂ DGP ਕਿੰਨੇ ਸਾਰੇ ਬਦਲੇ ਆ ਖਾਸ ਕਰਕੇ ਨਵੀਂ ਸਰਕਾਰ ਦੇ ਵਿੱਚ, ਉਹਨਾਂ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਆ? ਨਹੀਂ, ਮੈਨੂੰ ਪਤਾ ਹੀ ਕੱਲ੍ਹ ਲੱਗਾ, ਅਤੇ ਜੇ ਮੈਨੂੰ ਕੱਲ੍ਹ ਪਤਾ ਲੱਗਾ ਤਾਂ ਉਹਨਾਂ ਨੂੰ ਵੀ ਪਤਾ ਹੀ ਆ ਕਿਹੜੀ ਭੁੱਲ ਆ, ਇਸ ਕਰਕੇ ਮੈਂ ਉੱਥੇ ਮਿਲਣ ਉੱਥੇ ਮੈਨੂੰ ਕਿੰਨੇ ਮਿਲ ਦੇਣਾ ਅਤੇ ਮਿਲ ਕੇ ਮੇਰੇ ਕਿਹੜੀ ਹੈ। ਮੈਂ ਤਾਂ ਹੁਣ ਫਿਰ ਮੈਦਾਨ ਤਿਆਰ ਕੀਤਾ ਵੀ ਤੁਸੀਂ ਕੰਮ ਨਿਬੇੜੋ ਅਤੇ ਮੈਨੂੰ ਮਾਰੋ, ਮੈਂ ਗੈਂਗਸਟਰ ਹਾਂ, ਇਕੱਲਾ ਭਗੌੜਾ ਨਹੀਂ, ਮੈਂ ਗੈਂਗਸਟਰ ਵੀ ਹਾਂ, ਇੱਕ ਗੈਂਗਸਟਰ ਹੋਰ ਘਟਾ ਦਿਓ ਲਿਸਟ 'ਚੋਂ। ਮੈਂ ਤਾਂ ਆਹ ਸੋਚਿਆ,
मैं उत्थे इन्हां दे अगे अगे मेरा पुत मारता इन्ना फड़ के कू कू के मेरा इन्ना कख नहीं बनता। मैं उत्थे दफ्तरां च तुरिया फिरां बीमार मैं हैगा किन्ने मैनूं उत्थे डी जी पी मेरे लिए उत्थे कुर्सी लाई बैठा हाँ जी उत्थे भी ये करके उत्थे मैनूं फड़ के अंदर ही देणगे भी भगौड़ा आ गया हाँ जी होर की करनगे होर करनगे। तो इस करके ये जिहड़ी पुलिस महकमा पुलिस के जिहड़े वड्डे अफसर आ इत्थों तक ये पावरफुल हो चुके आ भी साढ़े वर्गा बंदा तो मक्खी मच्छर तो भी इन्हां अगे हल्का मार देना जां मरवा देना इन्हां वास्ते इन्ने चिर दी गल। पुलर साहब कोई एक बंदा तो चंगा हो सारा डिपार्टमेंट तो नहीं इदां हां हैगे आ पर जे उह हैगा तो उहनूं लाउंदा नहीं उहनूं खुंडे लाया पी ए पी च होगा कि होर पूंजे होगा है कोई यह तो नहीं कोई पुरानी गल हो कोई पुराना तार जुड़ता हो जयपाल की किसी अफसर न खुंदक हो इदा करके थोड़ा वो एंगल लग रहा है कि नहीं कोई मैं गल का तो नहीं पता भी जयपाल ना खुंदक हो पर जो मैं मुद्दा उठाया मेरे ना तो खुंदक पै गई उन्होंने जो जयपाल की डेथ हुई वीए नंबर मैं जिन्या एप्लीकेशन हाई कोर्ट च केस पाए पोस्टमार्टम लई उदों वी ए नंबर सुप्रीम कोर्ट च वी ए नंबर काफ़ी मैं एप्लीकेशन दित्तियां उत्ते वी ए नंबर इन्हां मेरे ते पनाह दा पहला मैं जदों दे पेश पूछ कर लगा सी ते इन्हां मेरे घर वाली ते रिश्तेदारां दे पंजां चौं ते पनाह दा केस पाता गुरदासपुर उन्हां नूं फड़ लिया है कि पेश ना कर सके जां उह ना ही होवे मैं रोड़ा साहब नूं किसे दे राहीं मिंत्रला करके मिलिया सां केस दियां मैं इत्थे तरीकां भुगतां जी मैं इत्थे सिटी दे मुकदमे दियां इत्थे अदालत च तरीकां भुगतां जिहड़ी बठिंडे मुलाकात हुंदी है जदों तों शुरू हुई है उहदे च मेरा आ कार्ड लगदा ते कार्ड लग के उत्थे फीड हो के फिर दूजे तीजे दिन आंदे आ जाओ फिर उत्थे दुबारा कार्ड देने आ विच फीड हुंदा साडी शनाख्त हुंदी अखां दी करके ना सब कुछ फिर मुलाकात करदे आ उत्थे इन्हां दी फोर्स जिहड़ी पुलिस दी लगी उन्हां दे रजिस्टर च मेरा नाम लिखिया मेरे सैन हुंदे आ जिहड़ी एसटीएफ उत्थे लगी है जिहड़ी गैंगस्टरां नूं करदी आ ते उते ये इत्थे कदी कोई मेरे घर कोई किते मुलाजम होमगार्ड दा भी नहीं आया मैं इत्थे ही रहा इत्थों जां हस्पताल च गया मैं कोई भोड़ा थोड़ा ते मैनू देख लो भी एक इत्थे मंजी दे पै नू मरने पै बंदे नू ये पीओ ते गैंगस्टर बना सकदे आ हाँ जी ते बरोन मैनू ते पता वेखो इन्हां बड़े बड़े टॉप दे वकील फड़ के ते गैब ही करते लाशां ही गैब करतीआं एक परिवार समेत ही वकील इन्हां मार दित्ता सी चंडीगढ़ नूं जांदा मुंडा उहदा बच्चा भी सी उहदी घरवाली भी सी ते कार भी सुट्टी ते आ खालड़ा ते तुहानूं पता ही घरों चुक के देणे ते उह करता इन्हां लोकां दे मूँह नूं लहू लगा हाँ ये ठीक है भी जिहड़ा इन्हां शिकार करना उह सिख होवे फिर नहीं इन्हां नूं कोई पाएगा जिहदा चुका जिहनूं मारना वह बंदा सिख होना चाहिए। तुसीं इह एंगल ते क्यों मतलब ये है आ जी मेरे सामने इन्हां सिख कतल कीते फट फट के मैं एंगल ते थोड़ा करदा तुसीं ते बाद च जम्मे जे मेरे सामने इन्हां पुलिस महकमे ने अफसरां ने उत्तों फोन करना हवाला चों मुंडे कढणे मार देने मान लो तुसीं इक जगह लगे तुसीं नहीं मारदे ते दूजे तुहाडे लागों उठ के जांदे आ गन्ना लै के फिर दसदे आ वी उह ऐ चुप कीता सी उह बोलिया ही नहीं उहने धौण थले कर ली गोलियां मारियां उह ते सुणदे आ ना तुसीं ਹਾਂਜੀ ਉਹ ਇੱਕ ਪਰਿਵਾਰ ਹੁੰਦਾ ਪੁਲਿਸ ਦਾ ਗੁਰਿਆ ਉਹਦੇ ਆਪਣੀਆਂ ਕੰਨਾਂ ਨਾਲ ਸੁਣਦੇ ਹੋ ਤਾਂ ਵੇਖਦੇ ਵੀ ਕੱਲ੍ਹ ਉੱਥੇ ਮੁੰਡਾ ਹਵਾਲਾ ਸੀ ਦੋ ਮੁੰਡੇ ਸੀਗੇ ਇਤਰਾਂ ਦੇ ਸੀ ਉਤਰਾਂ ਦੇ ਸੀ ਉਹਨਾਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਕਰਦੇ ਵੀ ਐ ਪਿੰਡ ਦੇ ਸੀ ਅਤੇ ਉਹ ਅਗਲੇ ਦਿਨ ਉਸੇ ਥਾਣੇ 'ਚ ਉਹਨਾਂ ਦੀਆਂ ਰਾਤ ਲਾਸ਼ਾਂ ਪਈਆਂ ਹੁੰਦੀਆਂ ਤੁਹਾਡਾ ਜਦੋਂ ਦਾ ਨਾਮ ਆਇਆ ਅੰਕਲ ਜੀ ਹਾਂਜੀ ਉਦੋਂ ਬਾਅਦ ਤੁਹਾਡੀ ਅੰਮ੍ਰਿਤ ਨਾਲ ਗੱਲਬਾਤ ਕੋਈ ਮੁਲਾਕਾਤ ਤਾਂ ਨਹੀਂ ਹੋਈ ਹੋਣੀ ਅੰਮ੍ਰਿਤ ਨੂੰ ਪਤਾ ਇਸ ਗੱਲ ਦਾ ਅੱਜ ਉਹਦਾ ਫੋਨ ਨਹੀਂ ਆਇਆ ਜੀ ਅੰਮ੍ਰਿਤ ਦਾ ਅੱਜ ਕੋਈ ਖਰਾਬ ਖਰੂਬ ਸੀ ਸਵੇਰੇ ਆਊਗਾ ਪਤਾ ਲੱਗ ਜੂਗਾ ਤੁਸੀਂ ਫਿਰ ਅਗਲੀ ਪੈਰਵਾਈ ਕੀ ਕਰ ਰਹੇ ਹੋ ਮੈਂ ਅਗਲੀ ਪੈਰਵਾਈ ਜੇ ਤਾਂ ਵੇਖੋ ਜੀ ਇਹ ਕਹਿਣ ਵੀ ਮੈਂ ਉੱਥੇ ਜਾ ਕੇ ਹੁਣ ਜ਼ਮਾਨਤ ਲਾਵਾਂ ਅਤੇ ਜ਼ਮਾਨਤ ਮੇਰੀ ਹੋਣੀ ਨਹੀਂ ਹਾਂਜੀ ਮੇਰੀ ਮੈਂ ਪੀ ਓ ਮੇਰੀ ਤਾਂ ਸੁਪਰੀਮ ਕੋਰਟ ਤੋਂ ਨਹੀਂ ਹੋਣੀ ਅਤੇ ਮੈਂ ਤਾਂ ਅਗਲੀ ਕਾਰਵਾਈ ਇਹ ਕਰਨਾ ਵੀ ਮੈਂ ਇੱਥੇ ਬੈਠਾ ਹਾਂ ਮੈਨੂੰ ਇੰਨਾ ਮੈਂ ਕਿਤੇ ਭੱਜਣਾ ਨਹੀਂ ਕਿਤੇ ਜਾਣਾ ਨਹੀਂ ਜੀ ਮੈਨੂੰ ਬਿਹਤਰ ਤਾਂ ਇਹ ਵੀ ਮਾਰ ਦੇਣ ਹਾਂਜੀ
ਇਹਨਾਂ ਲਈ ਵੀ ਆ ਤੇ ਕਿੰਨੇ ਪੁੱਛਣਾ ਗੈਂਗਸਟਰ ਦੇ ਖਾਤੇ ਪਾ ਦੇਣਾ ਹਾਂਜੀ ਅਤੇ ਜੇ ਮੈਨੂੰ ਇਹ ਫੜ ਕੇ ਜੇਲ੍ਹ 'ਚ ਵੀ ਉੱਥੇ ਭੇਜਣਗੇ ਅਤੇ ਫਿਰ ਵੀ ਮੈਂ ਬੇਲ ਨਹੀਂ ਲਾਉਣੀ ਕੋਰਟ 'ਚ ਅਤੇ ਨਾ ਇਹ ਕਹਿਣਾ ਹਾਂਜੀ ਮੈਂ ਤਾਂ ਆਪਣੀ ਫਿਰ ਉੱਥੇ ਜੋ ਵੀ ਐਪਲੀਕੇਸ਼ਨ ਕੋਰਟ 'ਚ ਦੇਣੀ ਆ ਲਿਖ ਕੇ ਦੇਣਾ ਜਾਂ ਬੋਲਣਾ ਉਹ ਹੀ ਬੋਲੂੰਗਾ ਮੈਂ ਉੱਥੇ ਇਹ ਨਹੀਂ ਮੈਨੂੰ ਪਤਾ ਵੀ ਮੈਨੂੰ ਜਮਾਨਤ ਜਿਸ ਤਰ੍ਹਾਂ ਇਹਨਾਂ ਬਣਾ ਦਿੱਤਾ ਉਹ ਤਾਂ ਮਿਲਣੀ ਨਹੀਂ ਗੀ ਸਮਝੀ ਗੱਲ ਭੁੱਲਰ ਸਾਹਿਬ ਜਦੋਂ ਸਾਰਾ ਕੁਛ ਦੇਖਦੇ ਹੋ ਤੁਸੀਂ ਹਾਂਜੀ ਸਾਰੀ ਰੀਲ ਦੇਖਦੇ ਹੋ ਹਾਂਜੀ ਆਪਣਾ ਬਚਪਨ ਦੇਖਦੇ ਹੋਵੋਗੇ ਆਪਦੀ ਜਵਾਨੀ ਦੇਖਦੇ ਹੋਵੋਗੇ ਵਿਆਹ ਹੁੰਦਾ ਗਾ ਬੱਚੇ ਹੁੰਦੇ ਆ ਜਦੋਂ ਸਾਰੀ ਇਹ ਫਿਲਮ ਚੱਲਦੀ ਹੈ ਤੁਹਾਡੀ ਤੁਸੀਂ ਕੀ ਸੋਚਦੇ ਹੋ ਕੀ ਪਰਮਾਤਮਾ ਵੱਲ ਦੇਖ ਕੇ ਸੋਚਦੇ ਹੋ ਕੀ ਗੁਰੂ ਘਰ ਜਾ ਕੇ ਸੋਚਦੇ ਹੋ ਵੀ ਕਿਹੜੇ ਕਰਮ ਸੀ ਮੈਂ ਤੁਹਾਨੂੰ ਦੱਸਦਾ ਵੀ ਜਿਉਂ ਜੈਪਾਲ ਪੂਰਾ ਹੋਇਆ ਜੀ ਮੈਂ ਕਦੀ ਗੁਰਦੁਆਰੇ ਨਹੀਂ ਗਿਆ ਕਦੀ ਵੀ ਗੁਰਦੁਆਰੇ ਨਹੀਂ ਗਿਆ ਕਦੀ ਮੈਂ ਇੱਥੇ ਬੈਠਿਆ ਵੀ ਗੁਰੂ ਵਾਲਾ ਹੱਥ ਕਰਕੇ ਅਤੇ ਮੈਂ ਮੱਥਾ ਨਹੀਂ ਟੇਕਿਆ ਮੈਂ ਗੱਡੀ 'ਤੇ ਤੁਰੇ ਜਾਂਦਿਆਂ ਵੀ ਕਦੀ ਮੱਥਾ ਨਹੀਂ ਟੇਕਿਆ ਕਿਉਂਕਿ ਮੈਨੂੰ ਪਤਾ ਵੀ ਇਸ ਜਨਮ 'ਚ ਮੈਂ ਕੋਈ ਪਾਪ ਨਹੀਂ ਕੀਤਾ ਕਿਤੇ ਤੁਰੇ ਜਾਂਦੇ ਨੇ ਕਿਤੇ ਬਾਥਰੂਮ ਕਰ ਲਿਆ ਹੋਵੇ ਅਤੇ ਕਹੇ ਵੀ ਇੱਥੇ ਇੱਕ ਬਾਬਾ ਬੈਠਾ ਸੀ ਉਹ ਗੱਲਾਂ ਦੀ ਅਤੇ ਮੈਂ ਪਰਵਾਹ ਨਹੀਂ ਕਰਦਾ ਜੀ ਹਾਂ ਅਦਰਵਾਈਜ਼ ਮੈਂ ਕੋਈ ਪਾਪ ਨਹੀਂ ਕੀਤਾ ਮੈਂ ਜਿੰਨਾ ਇਨਸਾਨੀਅਤ ਨਾਤੇ ਹੋ ਸਕਦਾ ਉਹ ਭਲਾਈ ਕੀਤਾ ਅਤੇ ਜੇ ਮੇਰੇ ਵਰਗੇ ਬੰਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਤਾਂ ਉੱਥੇ ਜਿਹੜੇ ਪਾਪ ਇਹਨੇ ਇਹਨੇ ਕਰਦੇ ਆ ਉਹ ਗੁਰਦੁਆਰਿਆਂ 'ਚ ਬੈਠੇ ਆ ਰੋਜ਼ ਜਾਂਦੇ ਆ ਮੁੱਛਾਂ 'ਤੇ ਤੇਲ ਲਾ ਕੇ ਨਹਾ ਕੇ ਅਤੇ ਉਹਨਾਂ ਤੱਕ ਪੁੱਛਦਾ ਨਹੀਂ ਇਹਨਾਂ ਪੁਲਿਸ ਵਾਲਿਆਂ ਨੂੰ ਕੋਈ ਪੁੱਛਦਾ ਨਹੀਂ ਉਹ ਜੇ ਆ ਅਤੇ ਫਿਰ ਮੈਂ ਵੀ ਕਿਉਂ ਨੱਕ ਰਗੜਦਾ ਰਹਾਂ ਜਾਂ ਐਮ ਜਿਊ ਕਰਦਾ ਨਾ ਮੈਨੂੰ ਰਾਤ ਕਿਤੇ ਜਾਗ ਆ ਜਾਂਦੀ ਹੈ ਫਿਰ ਮੈਨੂੰ ਸਾਰੀ ਸੌਂਦਾ ਵੀ ਮੈਂ ਇੱਕ ਹੋਮਿਓਪੈਥਿਕ ਦੀ ਦਵਾਈ ਲੈਂਦਾ ਇੱਕ ਹੋਰ ਗੋਲੀ ਲੈਂਦਾ ਫਿਰ ਸੌਂਦਾ ਫਿਰ ਵੀ ਜਾਗ ਆ ਜਾਂਦੀ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਹਾਂਜੀ ਅਤੇ ਉਹ ਚੁੱਪ ਕਰਕੇ ਵਿਚਾਰਾਂ ਚੱਲਦੀਆਂ ਵੇਖ ਲਓ ਵੀ ਅਸੀਂ ਸਾਰੀ ਸਾਰੀ ਰਾਤ ਇੱਕ ਦੂਜੇ ਨੂੰ ਇੱਕ ਥਾਂ ਪੈ ਬੁਲਾਉਂਦੇ ਵੀ ਨਹੀਂ ਹਾਂਜੀ ਵੀ ਕੀ ਗੱਲ ਕਰਾਂਗੇ ਇੱਕ ਨਾਲ ਹਾਂਜੀ ਹਲੋ ਉਹਨੂੰ ਪਤਾ ਹੁੰਦਾ ਵੀ ਜਾਗਦਾ ਵਾ ਜੋ ਮੈਨੂੰ ਪਤਾ ਹੁੰਦਾ ਵੀ ਜਾਗਦੀ ਹੈ ਇਹ ਚੁੱਪ ਕਰਕੇ ਬਾਥਰੂਮ ਕਰਕੇ ਪੈ ਜਾਂਦੇ ਹਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਇੰਨੀ ਸਾਇਲੈਂਟ ਹੁੰਦੀ ਆ ਅਤੇ ਮੇਰੇ ਵਰਗੇ ਬੰਦੇ ਨਾਲ ਇੰਨਾ ਧੱਕਾ ਕਰਕੇ ਅਤੇ ਜੇ ਇੱਕ ਕਰਦੇ ਆ ਉਹਦੇ ਲਈ ਮੈਂ ਜੋ ਫੈਸਲਾ ਕੀਤਾ ਉਹਦੇ ਲਈ ਇਹ ਹੈ ਵੀ ਬੁਜ਼ਦਿਲਾਂ ਵਾਂਗੂ ਉੱਥੇ ਮਰਨ ਨਾਲੋਂ ਮੈਂ ਇਸ ਢੰਗ ਨਾਲ ਮਰਾਂ ਵੀ ਜਿਹੜੇ ਆਉਣ ਵਾਲੇ ਸਾਡੀ ਜਨਰੇਸ਼ਨ ਆ ਜਾਂ ਜਿਨ੍ਹਾਂ ਨਾਲ ਪੁਲਿਸ ਧੱਕਾ ਕਰਦੀ ਆ ਘੱਟੋ ਘੱਟ ਆਲ ਵਰਲਡ 'ਤੇ ਪਤਾ ਲੱਗ ਜੇ ਵੀ ਸਿੱਖਾਂ ਨਾਲ ਵਾਕਿਆ ਹੀ ਧੱਕਾ ਹੋ ਰਿਹਾ ਹਾਂਜੀ ਅਤੇ ਪੁਲਿਸ ਦੇ ਥਰੂ ਹੋ ਰਿਹਾ ਅਤੇ ਇਸ ਤਰ੍ਹਾਂ ਇਹਨਾਂ ਨੂੰ ਕਤਲ ਕੀਤਾ ਜਾ ਰਿਹਾ ਖਤਮ ਕੀਤਾ ਜਾ ਰਿਹਾ ਅਤੇ ਆਹ ਢੰਗ ਆ ਇਹ ਗੱਲ ਦੁਨੀਆ ਦੇ ਸਾਹਮਣੇ ਆ ਪੁਲਰ ਸਾਹਿਬ ਜੀ ਕਿ ਮੈਂ ਚੁੱਪ ਚੁਪੀਤਾ ਉੱਥੇ ਇਹਨਾਂ ਦਾ ਖੁੱਡ 'ਚ ਵਾੜਿਆ ਮਰ ਜਾਵਾਂ ਮੈਂ ਕਾਫੀ ਕੁਛ ਕੱਲ੍ਹ ਦਾ ਲਿਖਿਆ ਲਿਖ ਕੇ ਮੈਂ ਸੈਪਰੇਟ ਵੀ ਕੀਤਾ ਅਤੇ ਉਹ ਬੇਟਾ ਪਰਲੀ ਕੁਰਸੀ 'ਤੇ ਨਾ ਪਿਆ ਹੀ ਉਹ ਮੇਰਾ ਮੈਡੀਕਲ ਰਿਕਾਰਡ ਲਿਆਈ ਮੈਂ ਵਿਖਾਉਣਾ ਪਰਲੀ ਕੁਰਸੀ 'ਤੇ ਪਿਆ ਤੁਹਾਡੇ ਦੇਖ ਲਓ ਵੀ ਇਹ 2.5-3 ਸਾਲਾਂ ਦਾ ਮੈਨੂੰ ਇੰਨੇ ਹਸਪਤਾਲ ਚੇਂਜ ਕਰਨੇ ਪਏ ਕਿਉਂ ਪਹਿਲਾਂ ਵੀ ਜਦੋਂ ਉਹ ਸੀਗਾ ਮੈਂ ਕਾਫੀ ਟੈਨਸ਼ਨ ਸਾਂ ਅਤੇ ਕੋਈ ਟੋਪ ਦਾ ਹਸਪਤਾਲ ਨਹੀਂ ਮੈਂ ਛੱਡਿਆ 5 ਬਿਮਾਰੀਆਂ ਨੇ ਕਦੀ ਕਿਸੇ ਕੋ ਕਦੀ ਕਿਸੇ ਕੋ ਕਿਤੋਂ ਮੋੜ ਪੈ ਜਾਂਦਾ ਫਿਰ ਦੂਜੇ ਕੋਈ ਸ਼ਾਇਦ ਫਰਕ ਪੈ ਜੇ ਪਿੱਲਰ ਸਾਹਿਬ ਮੈਂ ਇੱਕ ਗੱਲ ਹੋਰ ਆ ਮਾਫੀ ਚਾਹੂੰਗਾ ਰੋਕਣਾ ਚਾਹੂੰਗਾ ਜਿਹੜਾ ਹੁਣ ਗੈਂਗਸਟਰ ਵਾਲਾ ਖਾਸ ਕਰਕੇ ਜਦੋਂ ਸੰਦੀਪ ਨੰਗਲਮ ਜਿਹੜਾ ਕਬੱਡੀ ਦਾ ਖਿਡਾਰੀ ਸੀ ਉਸ ਤੋਂ ਬਾਅਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਾਮ ਵਰਗਾਇਕ ਬਿਲਕੁਲ ਇਹ ਗੈਂਗਸਟਰ ਵਾਲਾ ਜਿਵੇਂ ਹੁਣ ਗੋਲਡੀ ਬਰਾੜ ਦਾ ਨਾਮ ਆਉਂਦਾ ਗਾ ਜਾਂ ਲਾਰੈਂਸ ਬਿਸ਼ਨੋਈ ਦਾ ਨਾਮ ਆਉਂਦਾ ਜਾਂ ਲੰਡਾ ਹਰੀਕੇ ਨਾਮ ਉਹ ਬਹੁਤ ਚਰਚਾ ਦੇ ਵਿੱਚ ਆ ਤੁਸੀਂ ਕੀ ਜੇ ਉਹ ਇਸ ਇੰਟਰਵਿਊ ਨੂੰ ਦੇਖਣ ਜਾਂ ਤੁਸੀਂ ਕੀ ਮਤਲਬ ਜੇ ਹੁਣ ਮਾਂ ਪਿਓ ਦੀ ਆਪਾਂ ਗੱਲ ਕਰਦੇ ਹਾਂ ਮਾਂ ਪਿਓ ਜੋ ਕੁਛ ਭੋਗਦਾ ਗਾ ਜਾਂ ਜਿਵੇਂ ਕੁਛ ਤੁਸੀਂ ਗੱਲਾਂ ਕਰ ਰਹੇ ਹੋ ਇਹ ਆ ਲੰਡਾ ਹਰੀ ਕੇ ਬਾਰੇ ਤਾਂ ਮੈਨੂੰ ਪਤਾ ਨੀਗਾ ਨੰਗਲ ਅੰਬੀਆਂ ਬਾਰੇ ਮੈਨੂੰ ਪਤਾ ਜੀ ਵੀ ਉਹ ਬਿਲਕੁਲ ਨਜਾਇਜ਼ ਉਹਦਾ ਕਤਲ ਕੀਤਾ ਗਿਆ ਕੋਈ ਉਹਦੀ ਉਹ ਨਹੀਂ ਸੀ ਸਿੱਧੂ ਮੂਸੇਵਾਲਾ ਵੀ ਸਿੰਗਰ ਸੀ ਆਪਣਾ ਕੰਮ ਕਰਦਾ ਉਹਦਾ ਕੁਛ ਨਹੀਂ ਸੀ ਇਹ ਉਹਨੂੰ ਹੀ ਗੈਂਗਸਟਰ ਬਾਹਰ ਦੱਸਦੇ ਨੇ ਜਾਂ ਜੋ ਮੈਂ ਮੀਡੀਆ 'ਚ ਪੜ੍ਹਿਆ ਹਾਂ ਲੰਡਾ ਹਰੀ ਕੇ ਮਤਲਬ ਕਹਿੰਦੀ ਹੈ ਕੈਨੇਡਾ ਰਹਿੰਦਾ ਗਾ ਗੈਂਗਸਟਰ ਉਹ ਇੱਦਾਂ ਗਾ ਜਾਂ ਗੋਲਡੀ ਬਰਾੜ ਦਾ ਨਾਮ ਮੈਂ ਉਹਦੇ ਬਾਰੇ ਲੰਡਾ ਹਰੀ ਹਰੀ ਕੇ ਪੜ੍ਹਿਆ ਉਹ ਗੈਂਗਸਟਰ ਅਤੇ ਉਹਨੂੰ ਕੀ ਕਹੋਗੇ ਉਹ ਕੋਈ ਸਮਗਲਰ ਆ ਹਾਂਜੀ ਅਤੇ ਉਹ ਉੱਥੇ ਕਿਤੇ ਪਾਕਿਸਤਾਨ ਜਾਂ ਕਿੱਥੇ ਬੈਠਾ ਵਾ ਹੁਣ ਜਿਹੜਾ ਕਿਸੇ ਦੇਸ਼ 'ਚ ਬੈਠਾ ਉਹ ਜੋ ਮਰਜ਼ੀ ਬਕਵਾਸ ਕਰੀ ਜਾਵੇ ਉਹਨਾਂ ਦੀ ਸ਼ਰਨ 'ਚ ਬੈਠਾ ਉਹਨਾਂ ਜੋ ਉਹਨਾਂ ਕਹਿਣਾ ਉਹੀ ਉਹਨੇ ਬੋਲਣਾ ਉਹ ਤਿਆਂ ਸਮਝੀ ਗੱਲ ਅਤੇ ਉਹ
ਕਿਹੋ ਜਿਹੇ ਬਿਆਨ ਉਟ ਪਟਾਂਗ ਉਹਦੇ ਨਾਲ ਲੜਦਾ ਨਹੀਂ ਪਰ ਮੈਂ ਸਵਾਲ ਇਹ ਕਰਨਾ ਚਾਹੁੰਦਾ ਸੀਗਾ ਵੀ ਜਿਹੜੇ ਉਹ ਨੌਜਵਾਨ ਨੇ ਜਿਨ੍ਹਾਂ ਦਾ ਨਾਮ ਆ ਰਿਹਾ ਵੀ ਲੰਡਾ ਹਰੀ ਕੇ ਗੈਂਗਸਟਰ ਆ ਗੋਲਡੀ ਬਰਾਡ ਲਾਰੈਂਸ ਬਿਸ਼ਨੋਈ ਹੁਣ ਜੇਲ੍ਹ 'ਚ ਆ ਬਹੁਤ ਸਾਰੇ ਲੋਕਾਂ ਦਾ ਨਾਮ ਆਉਂਦਾ ਜਾਂ ਆਏ ਦਿਨ ਮੁੰਡੇ ਫੜੇ ਜਾਂਦੇ ਆ ਵੀ ਆਹ ਫਲਾਨੇ ਗੈਂਗਸਟਰ ਨਾਲ ਇਹ ਤਾਰ ਮਤਲਬ ਉਹਨਾਂ ਨੂੰ ਤੁਸੀਂ ਕੋਈ ਦੱਸਣਾ ਚਾਹੋਗੇ ਵੀ ਮਾਂ ਪਿਓ ਇੰਨਾ ਕੁਛ ਭੁਗਤਦਾ ਗਾ ਜਾਂ ਆਹ ਕੁਛ ਤੁਹਾਡੇ ਨਾਲ ਹੋਇਆ ਵੀ ਉਹਨਾਂ ਨੂੰ ਕੋਈ ਸੰਦੇਸ਼ ਵੀ ਉਹ ਆ ਜਾਣ ਜਾਂ ਜਿਵੇਂ ਪੁਲਿਸ ਕਹਿੰਦੀ ਹੈ ਵੀ ਸਰੈਂਡਰ ਕਰ ਦੇਣ ਜਾਂ ਕਿਵੇਂ ਵੀ ਮੈਂ ਮੋਟੇ ਤੌਰ 'ਤੇ ਦੋ ਕਿਸਮਾਂ ਨੇ ਗੈਂਗਸਟਰਾਂ ਦੀਆਂ ਜੀ ਇੱਕ ਤਾਂ ਉਹ ਗੈਂਗਸਟਰ ਬਣਦੇ ਨੇ ਹਾਂ ਇੱਕ ਗੈਂਗਸਟਰ ਉਹ ਨੇ ਜਿਹੜੇ ਬਣਾਏ ਜਾਂਦੇ ਨੇ ਜਿਹੜੇ ਗੈਂਗਸਟਰ ਬਣਾਏ ਜਾਂਦੇ ਨੇ ਹਾਂ ਉਹ ਹੀ ਚੱਕੀ 'ਚ ਪਿਸਦੇ ਨੇ ਉਹਨਾਂ ਦਾ ਹੀ ਇਨਕਾਊਂਟਰ ਹੁੰਦਾ ਜਿਹੜੇ ਗੈਂਗਸਟਰ ਬਣਦੇ ਨੇ ਉਹ ਕਾਫੀ ਸੇਫ ਹੁੰਦੇ ਨੇ ਉਹ ਕਿਤੇ ਨਾ ਕਿਤੇ ਪੁਲਿਸ ਦੇ ਵੀ ਬੜੇ ਗੁੱਡ ਵਿੱਚ ਹੁੰਦੇ ਨੇ ਜਿਵੇਂ ਇਹਦੇ ਵਰਗੇ ਜਿਵੇਂ ਆ ਮੁੰਡਾ ਸੀ ਸਿੱਧੂ ਮੂਸੇਵਾਲਾ ਉਹ ਉਲਟ ਪਾਰਟੀ 'ਚ ਗਿਆ ਆਪਣਾ ਉਹਦੇ ਵਿੱਚ ਫਿਰ ਉਹ ਗਾਣੇ ਗੁਣੇ ਲਿਖਣ ਲੱਗ ਪਿਆ ਉਹਨੇ ਉਹ ਜਟਾਣੇ ਬਾਰੇ ਗਾਣਾ ਲਿਖਿਆ ਅਤੇ ਉਹਨੂੰ ਸੋਤਾ ਤੁਸੀਂ ਮੈਨੂੰ ਦੱਸੋ ਵੀ ਇੱਕ ਜਿੰਨਾ ਉਹਨੂੰ ਮਾਰਿਆ ਅਤੇ ਉਹ ਮੁੰਡੇ ਜਿਹੜੇ ਭਗੌੜੇ ਜਾਂ ਕਿੰਨੇ ਤਗੜੇ ਜਾਂ ਇੱਧਰ ਉੱਧਰ ਹੋਣਗੇ ਹਾਂਜੀ ਚਿੱਟੇ ਦਿਨ ਉਹਨਾਂ ਉਹਨੂੰ ਉੱਥੇ ਮਰਡਰ ਕੀਤਾ ਕਿਸ ਤਰ੍ਹਾਂ ਮਾਰ ਕੇ ਅਤੇ ਫਿਰ ਉਹਨਾਂ ਨੂੰ ਫੜਦੀ ਆ ਦਿੱਲੀ ਪੁਲਿਸ ਅਤੇ ਜੇ ਦਿੱਲੀ ਪੁਲਿਸ ਉਹਨਾਂ ਨੂੰ ਫੜਦੀ ਵੀ ਆ ਲਿਆਉਂਦੀ ਆ ਹੈ ਉਹ ਵੀ ਇਨੋਸੈਂਟ ਕਿਸੇ ਦਿਨ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਮਾਰ ਦੇਣਗੇ ਜਿੱਦਣ ਉਹਨਾਂ ਦਾ ਕੰਮ ਖਤਮ ਹੋ ਗਿਆ ਉਹਨਾਂ ਨੂੰ ਇਨਕਾਊਂਟਰ ਕਰ ਦੇਣਗੇ ਅਤੇ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਗੋਇੰਦਵਾਲ ਉਹਨਾਂ ਕੋਲ ਰੈਗੂਲਰ ਉਹਨਾਂ ਨੂੰ ਫੋਨ ਦਿੱਤੇ ਜਾਂਦੇ ਆ ਐਸ ਐਚ ਓ ਉਹਨਾਂ ਨੂੰ ਫੋਨ ਦੇ ਕੇ ਜਾਂਦਾ ਜਿਹੜਾ ਉਹੀ ਐਸ ਐਚ ਓ ਆ ਉਹਨਾਂ ਨੂੰ ਰਿਮਾਂਡ 'ਤੇ ਲਿਆਉਂਦਾ ਉੱਥੇ ਅਤੇ ਰਿਮਾਂਡ 'ਤੇ ਕਾਹਦੇ ਲਈ ਲਿਆਉਂਦਾ ਪਾਰਟੀ ਕਰਨ ਲਈ ਉਹਦੀ ਅਤੇ ਜੇ ਹੋਟਲ 'ਚ ਜਗ੍ਹਾ ਨਹੀਂ ਮਿਲਦੀ ਅਤੇ ਉਹ ਉਹਨੂੰ ਆਪਣੇ ਕੁਆਟਰ 'ਤੇ ਲੈ ਜਾਂਦਾ ਪੁਲਿਸ ਲਾਈਨ 'ਚ ਐਸ ਐਚ ਓ ਅਤੇ ਉੱਥੋਂ ਅਫਸਰਾਂ ਵੱਲੋਂ ਕਿਹਾ ਗਿਆ ਵੀ ਇਹਨੂੰ ਬੰਦੇ ਦੀ ਸੇਵਾ ਕਰਨੀ ਆ ਅੰਦਰ ਇਹਨੂੰ ਉਹ ਲੇਡੀਜ਼ ਮੁਹੱਈਆ ਨਹੀਂ ਹੋਈ ਇੱਕ ਲੜਕੀ ਕਿੱਥੋਂ ਮੰਗਾ ਕੇ ਅਤੇ ਉਹਦੇ ਪੇਸ਼ ਕੀਤੀ ਜਾਂਦੀ ਹੈ ਤੁਹਾਨੂੰ ਲੱਗਦਾ ਵੀ ਤਾਂ ਤੋਂ ਲੈ ਕੇ ਸਾਰਾ ਮਿਲਿਆ ਪੂਰੀ ਗੱਲ ਸੁਣ ਲਓ ਨਾ ਪੂਰੀ ਸੁਣ ਲਓ ਚੰਗਾ ਹੋਊਗਾ ਵਿੱਚ ਗੜ ਦਿਓ ਅਤੇ ਉਹਦੇ ਪੇਸ਼ ਕੀਤੀ ਜਾਂਦੀ ਹੈ ਠੀਕ ਹੈ ਵੀ ਉਹਦਾ ਮਨ ਆਇਆ ਅਤੇ ਉਹ ਚਲਾ ਗਿਆ ਨਹੀਂ ਤਾਂ ਉਹਨੇ ਸਵੇਰੇ ਐਸ ਐਚ ਓ ਦੇ ਨਾਲ ਹੀ ਉੱਠ ਕੇ ਅਤੇ ਉਹਨੇ ਦਫ਼ਤਰ 'ਚ ਬਹਿ ਜਾਣਾ ਸੀ ਅਤੇ ਉਹਨੂੰ ਪਰਾਂ ਭਾ ਦੇਣਾ ਸੀ ਇਹੋ ਹੀ ਗੱਲ ਹੋਣੀ ਹੈ ਨਾ ਉਹਦੇ ਥੋੜ੍ਹਾ ਮਨ 'ਚ ਆ ਗਈ ਵੀ ਚਲੋ ਪਾਸੇ ਹੋ ਜਾਣੇ ਤਾਂ ਹੋ ਗਿਆ ਅਤੇ ਰੌਲਾ ਪੈ ਗਿਆ ਇਹਦੇ ਗੱਲ ਨੰਗੀ ਹੋ ਗਈ ਅਤੇ ਤੁਸੀਂ ਸੋਚੋ ਵੀ ਉਹ ਜਿਹੜੀਆਂ ਗੱਲਾਂ ਨੰਗੀਆਂ ਨਹੀਂ ਹੋਏ ਉਹ ਕਿੰਨੀਆਂ ਹੋਣਗੇ ਕਿੰਨੀਆਂ ਹੋਣਗੀਆਂ ਉਹਨਾਂ ਦੀ ਕਿਉਂ ਵੀ ਆਈ ਪੀ ਟ੍ਰੀਟਮੈਂਟ ਕੀਤੀ ਗਈ ਹੈ ਕਿ ਉਹਨਾਂ ਕੋਲ ਮਰਵਾਇਆ ਕਿਤੇ ਉਹ ਮੂੰਹ ਨਾ ਖੋਲਦੇ ਜੀ ਇਹ ਠੀਕ ਹੈ ਵੀ ਵਰਤ ਕੇ ਕਿਸੇ ਦਿਨ ਨੂੰ ਉਹਨਾਂ ਨੂੰ ਵੀ ਠੋਕ ਦੇਣਗੇ ਤੁਹਾਨੂੰ ਲੱਗਦਾ ਵੀ ਥੱਲੜੇ ਅਧਿਕਾਰੀ ਤੋਂ ਲੈ ਕੇ ਤਾਂ ਤੱਕ ਸਾਰੇ ਮਿਲੇ ਵੇ ਥੱਲੜੇ ਅਧਿਕਾਰੀ ਜਿਹੜੇ ਨਾ ਕੁਛ ਇੱਕ ਹੀ ਹੁੰਦੇ ਸਾਰੇ ਅਧਿਕਾਰੀ ਨਹੀਂ ਥੱਲੜੇ ਮਿਲਦੇ ਬਾਕੀ ਤਾਂ ਸੜਕਾਂ 'ਤੇ ਡਿਊਟੀਆਂ ਕਰਨ ਵਾਲੇ ਅਤੇ ਇੱਧਰ ਉੱਧਰ ਫਿਰਨ ਵਾਲੇ ਹੁੰਦੇ ਆ ਚੰਦ ਇੱਕ ਬੰਦੇ ਥੱਲੜੇ ਉੱਤੇ ਸਾਰੇ ਮਿਲੇ ਹੁੰਦੇ ਆ ਮਤਲਬ ਆਈ ਪੀ ਐੱਸ ਕੇਡਰ ਸਾਰਾ ਇੱਕੋ ਹੀ ਸਾਰੀ ਇੰਡੀਆ 'ਚ ਹੀ ਇੱਕ ਆ ਦਿੱਲੀ ਵੀ ਉਹ ਹੀ ਨੇ ਇੱਥੇ ਵੀ ਇੱਕੋ ਹੀ ਗੱਲ ਹੈ ਇਹਨਾਂ ਦੀ ਸਾਰੀ ਇਹ ਨਹੀਂ ਹੈ ਇਹਨਾਂ ਦੀ ਜੂਮ ਕਰਕੇ ਇਹ ਮਰਡਰ ਵੀ ਪਲੈਨਿੰਗ ਨਾਲ ਹੁੰਦੇ ਨੇ ਹਾਂਜੀ ਅਤੇ ਹੁਣ ਮੰਨ ਲਓ ਸਰਕਾਰ ਇੱਥੇ ਕੀ ਕਰੂਗੀ ਇਹ ਕੋਈ ਨਾ ਕੋਈ ਫਿਰ ਮਰਡਰ ਕਰਾ ਦੇਣਗੇ ਇਹੋ ਜਿਹਾ ਜਿਹੜੇ ਗੈਂਗਸਟਰ ਨਹੀਂ ਬਣਾਏ ਜਾਂਦੇ ਜੀ ਜਿਹੜੇ ਬਣਦੇ ਨੇ ਉਹ ਪੁਲਿਸ ਦੀ ਛਤਰ ਛਾਇਆ ਥੱਲੇ ਹੁੰਦੇ ਜੀ ਬਿਲਕੁਲ ਪੁਲਰ ਸਾਹਿਬ ਤੁਸੀਂ ਜਿਹੜੇ ਦੂਜੇ ਹੁੰਦੇ ਨੇ ਹੁਣ ਇਹ ਜੈਪਲ ਜਿਹੜਾ ਜਿਵੇਂ ਇਹਦੀ ਸੀ ਇੱਕ ਪਲੇਅਰ ਸੀ ਤੇ ਪੜਨ ਵਾਲਾ ਮੁੰਡਾ ਸੀ ਕੋਈ ਬੈਕਗ੍ਰਾਉਂਡ ਨਹੀਂ ਸੀ ਉਹ ਜਿਹਾ ਇਹੋ ਜਿਹਾ ਨੂੰ ਫਿਰ ਜਦੋਂ ਜਿਵੇਂ ਕਿਸੇ ਦੇ ਘਰ ਕੋਈ ਜ਼ਰੂਰਤ ਹੁੰਦੀ ਗੈਸਟ ਗੁਸਟ ਆਉਂਦੇ ਨੇ ਹਾਂਜੀ ਵੇਖਿਆ ਵੀ ਕਿ ਚੰਗੀ ਥੂ ਆਏ ਉਹ ਫਿਰ ਖੁੱਡੇ 'ਚੋਂ ਮੁਰਗਾ ਕੱਢ ਕੇ ਮਰੋੜ ਲੈਂਦੇ ਨੇ ਹਾਂਜੀ ਵੀ ਲਓ ਜੀ ਅੱਜ ਕਰ ਦਿਓ ਉਹ ਵੀ ਮੁਰਗੇ ਹੁੰਦੇ ਨੇ ਜੇ ਹੁੰਦੇ ਇਹ ਵੀ ਮੁਰਗੇ ਨੇ ਜੀ ਪੁਲਰ ਸਾਹਿਬ ਜਾਂਦੇ ਜਾਂਦੇ ਜੇ ਮੈਂ ਚਾਹਾਂ ਤੁਸੀਂ ਸਟੇਟ ਦੇ ਮੁੱਖ ਮੰਤਰੀ ਨੂੰ ਸਟੇਟ ਦੇ ਡੀ ਜੀ ਪੀ ਨੂੰ ਕੀ ਕਹਿਣਾ ਚਾਹੋਗੇ ਮੈਂ ਸਟੇਟ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਮੈਂ ਜਿੰਨਾ ਕੁ ਜਾਣਨਾ ਉਹਨੂੰ ਵੀ ਉਹਦੇ 'ਚ ਇੰਨੀ ਵਿਚਾਰੇ 'ਚ ਹੈ ਹੀ ਨਹੀਂ ਵੀ ਉਹ ਇਹਨਾਂ ਪੁਲਿਸ ਅਫਸਰਾਂ ਨਾਲ ਨਿਪਟ ਸਕੇ ਫਿਰ ਉਹਨੂੰ ਡਰਾਉਣ ਲਈ
उत्ते दिल्ली वाले बैठे है भी उसकी कुर्सी भी किहड़े वेले हिल जानी है जी वो ते मैं उन्हों कुछ भी नहीं हुंदा उहदा दाह लग गया वोटां मैं भी पाईआं दूजियां भी पाईआं विआह भी उकरा लिया मौजां करे मैं उन्हों की आखणा ना मेरे कहे उन्हें कुछ करना ते ना होना ਤੁਸੀਂ ਆਪਦੇ ਕੇਸ ਦੇ ਬਾਬਤ ਜਾਂ ਅੰਮ੍ਰਿਤ ਦੇ ਕੇਸ ਦੇ ਬਾਬਤ ਕੁਛ ਨਹੀਂ ਕਹਿਣਾ ਜਾਂ ਜੋ ਜੈਪਾਲ ਦਾ ਤੁਸੀਂ ਮੈਨੂੰ ਇਹਨਾਂ ਤੋਂ ਕੋਈ ਆਸ ਨਹੀਂ ਇਹਨਾਂ ਨਾ ਕੋਈ ਕਰਨਾ ਮੈਂ ਇਹਨਾਂ ਨੂੰ ਤਾਂ ਕਵਾਂ ਜਾਂ ਇੰਜੂ ਕਰਾਂ ਮੈਨੂੰ ਇਹਨਾਂ ਦੀ ਨਿੱਕੇ ਪੈਸੇ ਦੀ ਆਸ ਹੋਵੇ ਜੇ ਇਹਨਾਂ 'ਚ ਇੰਨੀ ਕਰਤੂਤ ਹੋਵੇ ਤਾਂ ਧੱਕਾ ਹੋਵੇ ਕਿਉਂ ਜੇ ਅਫਸਰ ਨੂੰ ਡਰ ਹੋਵੇ ਵੀ ਮੈਂ ਕਿਸੇ ਨੂੰ ਸਿਰਫ ਬੰਦੇ ਦਾ ਨਾਂ ਪੈਣ ਡਿਆ ਮੇਰੇ 'ਤੇ ਕਾਰਵਾਈ ਹੋਏਗੀ ਅਤੇ ਫਿਰ ਮੈਂ ਮੈਨੂੰ ਪੀ ਓ ਕਿਵੇਂ ਬਣਾਉਂਦੇ ਹਾਂਜੀ ਜੀ ਉਹੀ ਹੈ ਡੀ ਜੀ ਪੀ ਹੁੰਦੇ ਆ ਬਦਲ ਕੇ ਨਵੇਂ ਨਵੇਂ ਮੈਂ ਜੇ ਕਰ ਦੂੰਗਾ ਉਹ ਤੁਰ ਦੂੰਗਾ ਉਹੀ ਸਿਸਟਮ ਹੁੰਦਾ ਇੱਥੇ ਹੀ ਉਹ ਲੱਗੇ ਹੁੰਦੇ ਉਹੀ ਉਹ ਤਾਂ ਐਵੇਂ ਮੀਡੀਆ 'ਚ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੁੰਦੀ ਹਾਂਜੀ ਜੀ ਅਤੇ ਇਹਨਾਂ ਨੂੰ ਪਤਾ ਨਹੀਂ ਵੀ ਇਹੀ ਇੱਥੇ ਕਿਵੇਂ ਕੇਸ ਬਣਾਇਆ ਪੀ ਓ ਬਣਾਇਆ ਇਹਨੂੰ ਡੀ ਜੀ ਪੀ ਨੂੰ ਵੀ ਵਾਹਵਾ ਚਿਰ ਹੀ ਲੱਗਾ ਹੋ ਗਿਆ ਵੀ ਕਿਤੇ ਬੱਚੇ ਨੇ ਮੈਂ ਇਹਨੂੰ ਕੀ ਕਹਾਂਗਾ ਮੈਂ ਤਾਂ ਦਰਖਾਸਤ ਵੀ ਨਹੀਂ ਇਹਨਾਂ ਨੂੰ ਦੇਵਾਂਗਾ ਕੁਛ ਨਹੀਂ ਦੇਣਾ ਤੁਸੀਂ ਕੀ ਦੇਵਾਂਗਾ ਇਹਨੂੰ ਕੀ ਫਾਇਦਾ ਉਹਦਾ ਜੀ ਕੀ ਫਾਇਦਾ ਕੋਈ ਫਾਇਦਾ ਹੀ ਨਹੀਂ ਮੇਰੀ ਦਰਖਾਸਤ ਦਾ ਕੀ ਫਾਇਦਾ ਦੋਸਤ ਮੇਰੇ ਖਿਲਾਫ ਕੋਈ ਕੰਪਲੇਂਟਡ ਥੋੜ੍ਹਾ ਖੜਾ ਵਾ ਵੀ ਮੈਂ ਇਹਨਾਂ ਧੱਕਾ ਕੀਤਾ ਇਹਨਾਂ ਦੇ ਆਪਣੇ ਪੁਲਿਸ ਵਾਲੇ ਨੇ ਬਿਆਨ ਲਿਖਿਆ ਹਾਂਜੀ ਜੇ ਇਹ ਚਾਹੁਣ ਤੇ ਉਹ ਬਿਆਨ ਫਿਰ ਸਿੱਧਾ ਕਰ ਦੇਣ ਵੀ ਗਲਤੀ ਨਾਲ ਲਿਖਿਆ ਗਿਆ ਜਾਂ ਉਹਨੇ ਗਲਤ ਬਿਆਨ ਦੇ ਦਿੱਤਾ ਇਹ ਕਿੱਡੀ ਕੁ ਗੱਲ ਆ ਹਾਂਜੀ ਮੇਰੇ ਲਿਖ ਕੇ ਦੇਣ ਵਾਲੀ ਜਾਂ ਕਰਨ ਵਾਲੀ ਜਾਂ ਮੇਰੇ ਲਿਖਣ ਨਾਲ ਹੀ ਹਾਂ ਜੀ ਮੇਰੇ ਕੋਲ ਆਉਣਗੇ ਲਿਖ ਕੇ ਦੇ ਅਤੇ ਮੈਂ ਲਿਆਊਂਗਾ ਜੀ ਹਾਂ ਇਹ ਮੈਨੂੰ ਆਉਣਗੇ ਕੋਈ ਮੇਰਾ ਪੁਲਿਸ ਮੁਲਾਜ਼ਮ ਜਾਂ ਉਹਨੂੰ ਕਹੂਗਾ ਵੀ ਚੱਲ ਅਫਸਰ ਕਹਿੰਦੇ ਆ ਗਲਤ ਹੋ ਗਿਆ ਅਤੇ ਲਿਖ ਕੇ ਦੇ ਦੇ ਜੋ ਕਹਿਣਗੇ ਮੈਂ ਲਿਖ ਦੂੰਗਾ ਅਦਰਵਾਈਜ਼ ਮੈਂ ਉੱਥੇ ਕਿੱਥੇ ਜਾਊਂਗਾ ਅਤੇ ਕਿਉਂ ਜਾਊਂਗਾ ਅਤੇ ਕੀ ਉਹਦਾ ਫਾਇਦਾ ਵਾ ਮੈਂ ਤਾਂ ਇਹ ਆ ਵੀ ਦੱਸੂੰਗਾ ਲਿਖ ਕੇ ਵੱਧ ਤੋਂ ਵੱਧ ਛੱਡੂੰਗਾ ਉਹਨੂੰ ਸੇਵ ਕਰੂੰਗਾ ਵੀ ਮੇਰੇ ਮਰੇ ਬਾਅਦ ਕਹਾਣੀ ਲੋਕਾਂ ਅੱਗੇ ਆਏ ਆਲ ਵਰਲਡ ਮੀਡੀਆ ਦਾ ਅੱਗੇ ਤਾਂ ਨਹੀਂ ਸੀ ਜਾਂਦਾ ਸਰਕਾਰੀ ਉਂਝ ਸੀ ਹੁਣ ਜਾਂਦਾ ਸਾਰੇ ਜਾਊਗੀ ਮੈਂ ਤਾਂ ਇਹ ਆ ਵੀ ਇਹਨਾਂ ਦਾ ਇੰਨੇ ਪਾਪ ਜਿਹੜੇ ਆ ਮੈਂ ਜਿੰਨੇ ਵੀ ਇਹਨਾਂ ਦੇ ਨੰਗੇ ਕਰ ਸਕਿਆ ਉਹ ਮੈਂ ਇਹਨਾਂ ਦੇ ਨੰਗੇ ਕਰਾਂਗਾ ਜੀ ਕੁਲਰ ਸਾਹਿਬ ਤਾਂ ਕਿ ਹੋਰ ਕਿਸੇ ਦਾ ਹੋਰ ਜਿਹੜੇ ਆ ਉਹਨਾਂ ਕਹਾਣ ਕਰਨ ਲੱਗਿਆ ਇਹ ਥੋੜ੍ਹਾ ਬਹੁਤਾ ਜ਼ਰੂਰ ਇਨਸਾਨੀਅਤ ਤਾਂ ਇਹਨਾਂ 'ਚ ਹੈ ਨਹੀਂ ਇਹਨਾਂ 'ਚ ਆਜੂਗੀ ਨਾ ਇਹਨਾਂ 'ਚ ਹੈਗੀ ਆ ਨਾ ਇਹਨਾਂ ਦੀ ਜ਼ਮੀਰ ਆ ਇਹ ਤਾਂ ਜੈਸਮੈਨ ਬੰਦੇ ਆ ਕੁਛ ਵੀ ਨਹੀਂ ਇਹੋ ਜਿਹੇ ਲੋਕ ਤਾਂ ਕਿਸੇ ਨਾਲ ਤਸ਼ੱਦਦ ਕਰਕੇ ਹੱਸਦੇ ਆ ਮੇਰੇ ਵਰਗੇ ਦੁਖੀ ਨੂੰ ਵੇਖ ਕੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਹਾਂਜੀ ਅਤੇ ਆਪਣੇ ਬੱਚਿਆਂ ਨਾਲ ਇਹ ਚੁਲਬੁਲੀਆਂ ਕਰਦੇ ਆ ਸਾਡੇ ਵਰਗਿਆਂ ਦੇ ਕੋਕੋ ਮਾਰ ਦਿੱਤੇ ਗਏ ਪੇਸ਼ ਹੋਣ ਦਾ ਵੀ ਨਹੀਂ ਉਹਨੂੰ ਮੌਕਾ ਦਿੱਤਾ ਗਿਆ ਮੇਰੀਆਂ ਕੋਸ਼ਿਸ਼ਾਂ ਵੀ ਮਿੱਟੀ 'ਚ ਬਣਾ ਦਿੱਤੀਆਂ ਗਈਆਂ ਮੇਰੇ ਵਰਗਿਆਂ ਨੂੰ ਜੇਲ੍ਹਾਂ ਥਾਣਿਆਂ 'ਚ ਮੇਰੀ ਘਰ ਵਾਲੀ ਨੂੰ ਰੋਲਿਆ ਗਿਆ ਦੂਜੇ ਬੱਚੇ ਨੂੰ ਰੋਲਿਆ ਗਿਆ ਇਸ ਕਰਕੇ ਜਿਹੜੇ ਲੋਕ ਇੱਥੇ ਕਰਦੇ ਆ ਹੁਣ ਦੇਖੋ ਕਿੰਨੇ ਬੰਦੇ ਅਰਬਾਂ ਖਰਬਾਂ ਰੁਪਈਆ ਬੈਂਕਾਂ ਦਾ ਲੈ ਕੇ ਇਹਨਾਂ ਕੋਲ ਪਾਸਪੋਰਟ ਲੈ ਕੇ ਬਾਹਰ ਜਾ ਕੇ ਰਹਿਣ ਡਿਆ ਹਾਂਜੀ ਉਹ ਤਾਂ ਇੱਥੋਂ ਦੇ ਸ਼ਹਿਰੀ ਆ ਅਤੇ ਮੈਂ ਸਾਰੀ ਉਮਰ ਮੈਂ ਪੁਲਿਸੋਂ ਇੰਸਪੈਕਟਰ ਤੱਕ ਰਿਹਾ ਰਿਟਾਇਰ ਹੋਇਆ ਮੈਂ ਹੁਣ ਪੈਨਸ਼ਨ ਲੈਂਦਾ ਮੈਂ ਗੈਂਗਸਟਰ ਹਾਂ ਮੈਂ ਗੈਂਗਸਟਰ ਹਾਂ ਅਤੇ ਫਿਰ ਮੇਰੀ ਸਾਰੀ ਉਮਰ ਦੀ ਕਮਾਈ ਅਤੇ ਮੈਂ ਜਦੋਂ ਪੁਲਿਸ 'ਚ ਨੌਕਰੀ ਲੱਗਾ ਤਾਂ ਮੇਰੀ 5 ਕਿੱਲੇ ਪੈਲੀ ਸੀ ਜੀ ਅਤੇ ਹੁਣ ਮੇਰੇ ਕੋਲ 2 ਕਿੱਲੇ ਆ ਉਹ ਵੇਚੀ ਸੀ 2 ਕਿੱਲੇ ਇੱਕ ਥਾਂ ਲਈ ਅਤੇ ਮੇਰੀ ਅਤੇ ਮੇਰੇ ਜਿਹੜਾ ਜੈਪਾਲ ਦੀ ਕਮਾਈ ਕਿੱਧਰ ਗਈ ਹਾਂਜੀ ਅਤੇ ਇਸ ਕਰਕੇ ਮੈਂ ਤਾਂ ਸੋਚ ਸੋਚ ਕੇ ਖੀਰ ਮੈਨੂੰ ਕੋਈ ਦੱਸਦਾ ਹੀ ਨਹੀਂ ਵੀ ਕਿੱਥੇ ਦਰਖਾਸਤ ਦੇਵਾਂਗਾ ਮੈਨੂੰ ਪਤਾ ਵੀ ਇਹਦਾ ਕੋਈ ਅਸਰ ਨਹੀਂ ਹਜ਼ਾਰਾਂ ਲੱਖਾਂ ਮੇਰੇ ਅੱਗੇ ਦਰਖਾਸਤਾਂ ਦਿੰਦੇ ਕੂੜੇ 'ਚ ਸੁੱਟ ਦੇ ਦਿਆਂਗੇ ਇਹ ਤਾਂ ਕੋਈ ਰੱਬ ਹੀ ਹੈ ਉਹ ਵੀ ਕਿਤੇ ਨਹੀਂ ਦੇਖਦਾ ਵੀ ਰੱਬ ਨੂੰ ਮੈਂ ਦਰਖਾਸਤ ਦੇ ਸਕਦਾ ਵੀ ਰੱਬਾ ਤੂੰ ਹੀ ਕੁਛ ਕਰ ਵੀ ਮੈਂ ਤਾਂ ਅੱਗੇ ਬੜਾ ਦੁਖੀ ਹਾਂ ਅਤੇ ਇਹ ਮੈਨੂੰ ਹੋਰ ਪਰੇਸ਼ਾਨ ਦੁਖੀ ਕਰ ਰਹੇ ਕੁਲਰ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ ਤੁਸੀਂ ਐਡੀ ਦੂਰ ਆਏ ਜੀ ਤੁਸੀਂ ਮੇਰੀ ਗੱਲ ਸੁਣੀ ਜੀ ਅਤੇ ਮੈਂ ਪੂਰੀ ਵਾਹ ਲਵਾਂਗਾ ਮੈਂ ਸੂਸਾਈਡ ਨਹੀਂ ਕਰਾਂਗਾ ਅਤੇ ਕੁਛ ਵੀ ਹੋ ਜੇ ਪਰ ਮੈਂ ਲੋਕਾਂ ਦੇ ਸਾਹਮਣੇ ਆਖਰੀ ਸਾਹ ਤੱਕ ਸੱਚ ਵੀ ਲਿਆਊਂਗਾ ਅਤੇ ਸੱਚ ਲਈ ਮੈਂ ਲੜਦਾ ਵੀ ਰਹੂੰਗਾ ਜੀ ਸੋ ਇਹ ਸੀ ਜੈਪਾਲ ਭੁੱਲਰ ਦੇ ਫਾਦਰ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਬਹੁਤ ਗੰਭੀਰ ਗੱਲਾਂ ਗੀਆਂ
हर एक पंजाबी नू जो ये इंटरव्यू सुन रहा है, ये मुलाकात सुन रहा है, उन्हें बहुत ध्यान नाल सोचना चाहिए है। खास करके सरकार का कोई नुमाइंदा जां प्रशासन का कोई अधिकारी या डिपार्टमेंट का कोई अधिकारी ये सुन रहा है, बहुत गंभीर गल्लां गईयां जां बाहर बैठे जिहड़े NRI वीर ने बहुत कुछ आ पंजाब ने बहुत कुछ हत्थों गवाता, पर जे कुछ किसी तो गलत होया गा उहदी की सज़ा किवें मिलदी आ उह वी तुसीं देख लए हो। जयपाल दे फादर उहनां दे माता जी वह किहे जे दिन हुण कट रहे ने जां की कुछ इहनां दे नाल हो रहा है, तुसीं देख लो। एक बाप नूं जदों इह कहिण ते मजबूर कीता जांदा गा जां एक बाप इह कहिण ते मजबूर हो जांदा गा वी उह वी हुण इक गैंगस्टर आ, तां तुसीं आप ही हालात देख सकदे हो। पर असीं यही अरदास करदे हां वी सब कुछ ठीक होवे, चंगा टाइम इहनां ते वी आवे, जिवें दूजिआं दे घर हसदे वसदे ने इहनां दा घर वी एक बार फिर हसे वसे, ते सारा कुछ जिहड़ियां इनकुआइरियां जां जो वी सरकार ने करना गा पारदर्शी ढंग दे नाल सब कुछ होवे। अगे फिर हाज़र होवांगे किसी होर मुलाकात के नाल। अपने दोस्त रतनदीप सिंह धालीवाल नूं दिओ इजाजत, तुसीं अपना समां दित्ता जी, धन्यवाद।